ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਇਤਿਹਾਸ ਦਾ ਗਵਾਹ ਹੈ। ਇਸ ਦੇ ਮਾਝੇ ਖਿੱਤੇ ਵਿੱਚ ਕਈ ਪੁਰਾਣੀਆਂ ਇਮਾਰਤਾਂ ਅਤੇ ਸਮਾਰਕ ਇਤਿਹਾਸਿਕ ਫਿਰਕਿਆਂ ਅਤੇ ਸ਼ਖਸੀਅਤਾਂ ਦੀ ਅੱਜ ਵੀ ਬਾਤ ਪਾਉਂਦੇ ਹਨ। ਮੈਂ ਹਾਂ ਰਵਿੰਦਰ ਸਿੰਘ ਰਾਬਿਨ। ਅੱਜ ਮੈਂ ਪੰਜਾਬ ਦੇ ਮਾਝੇ ਦੇ ਇਲਾਕੇ ਵਿਚਲੀਆਂ ਕੁਝ ਉਹਨਾਂ ਇਤਿਹਾਸਿਕ ਥਾਵਾਂ ਨਾਲ ਤੁਹਾਡੀ ਸਾਂਝ ਪਵਾ ਰਿਹਾ ਹਾਂ ਜਿਨ੍ਹਾਂ ਦਾ ਪਿਛੋਕੜ ਮੁਗਲ ਕਾਲ ਤੋਂ ਲੈ ਕੇ ਸਿੱਖ ਸਮਰਾਜ ਨਾਲ ਜੁੜਦਾ ਹੈ। ਸਾਡਾ ਪਹਿਲਾ ਪੜਾਅ ਹੈ ਤਖ਼ਤੇ ਅਕਬਰੀ, ਜੋ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿੱਚ ਸਥਿਤ ਹੈ। ਇੱਥੇ ਮੁਗਲ ਸਮਰਾਜ ਦੇ ਸਮਰਾਟ ਅਕਬਰ ਦੀ ਤਾਜਪੋਸ਼ੀ ਕੀਤੀ ਗਈ ਸੀ। ਅਸੀਂ ਜਿਸ ਜਗ੍ਹਾ 'ਤੇ ਖੜ੍ਹੇ ਹਾਂ ਅੱਜ, ਇਹਦਾ ਨਾਮ ਹੈ ਤਖ਼ਤੇ ਅਕਬਰੀ। ਇਹ ਜਗ੍ਹਾ ਜਿਹੜੀ ਭਾਰਤ ਪਾਕਿਸਤਾਨ ਦੇ ਸਰਹੱਦ ਦੇ ਨੇੜੇ ਹੈ। ਇਹ ਜਗ੍ਹਾ ਦੇ ਉੱਪਰ ਅਕਬਰ ਦੀ ਤਾਜਪੋਸ਼ੀ ਹੋਈ ਸੀ। ਜਦੋਂ ਹਮਾਇਓ ਦੀ ਮੌਤ ਹੋਈ ਤਾਂ ਬੈਰਮ ਖਾਨ ਨੇ ਅਕਬਰ ਦੀ ਤਾਜਪੋਸ਼ੀ ਇੱਥੇ ਇੱਕ ਛੋਟਾ ਜਿਹਾ ਚਬੂਤਰਾ ਬਣਾ ਕੇ ਉਹਦੀ ਇੱਥੇ ਹੀ ਤਾਜਪੋਸ਼ੀ ਕਰ ਦਿੱਤੀ ਗਈ। 1920 ਦੇ ਵਿੱਚ ASI ਨੇ ਇਹਨੂੰ ਪ੍ਰੋਟੈਕਟਡ ਮੋਨੂਮੈਂਟ ਕਰਕੇ, ਇਹਦੀ ਥੋੜ੍ਹੀ ਚਾਰਦੀਵਾਰੀ ਕਰਕੇ ਇਹਨੂੰ ਪ੍ਰੋਟੈਕਟ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਉਸ ਵਕਤ ਇਸ ਇਲਾਕੇ ਵਿੱਚ ਜੰਗਲ ਹੁੰਦਾ ਸੀ, ਪਰ ਇਸ ਦੀ ਮਹੱਤਤਾ ਮੁਗਲ ਯੁੱਗ ਦੀ ਸ਼ਾਨ ਨੂੰ ਬਿਆਨ ਕਰਦੀ ਹੈ। ਇਸ ਦੇ ਉੱਪਰ ਇੱਕ ਚਬੂਤਰਾ ਜਿਹਨੂੰ ਅਸੀਂ ਤਖ਼ਤ ਬੋਲਦੇ ਹਾਂ ਜੀ, ਤਖ਼ਤ ਦੇ ਬਿਲਕੁਲ ਸਾਹਮਣੇ ਇੱਕ ਕੁੰਡ ਹੈ ਔਰ ਇਹਦੇ ਆਲੇ ਦੁਆਲੇ ਇੱਕ ਛੋਟਾ ਜਿਹਾ ਹਾਰਵੈਸਟਿੰਗ ਵੈਲ ਸੀ, ਜਿਹਨੂੰ ਜਿੱਥੇ ਦਾ ਪਾਣੀ ਇੱਥੇ ਆ ਕੇ ਇਕੱਠਾ ਹੋ ਜਾਂਦਾ ਸੀ ਬਾਰਿਸ਼ ਦਾ ਪਾਣੀ। ਔਰ ਇਹਦੇ ਇੱਕ ਸਟੈਪ ਨੀਚੇ ਆ ਜਾਈਏ ਅਤੇ ਇੱਕ ਪਲੇਟਫਾਰਮ ਇਹੋ ਜਿਹਾ ਬਣਿਆ ਜੋ ਇਹਨੂੰ ਪ੍ਰੋਟੈਕਟ ਕਰਦਾ ਵੀ ਇਹ ਖਿਸਕੇ ਨਾ ਕਿਸੇ ਵੀ ਸਾਈਡ 'ਤੇ। ਉਸ ਤੋਂ ਅੱਗੇ ਆ ਕੇ ਇੱਕ ਅਸੀਂ ਚੁਗਿਰਦਾ ਬਣਾਇਆ ਹੋਇਆ ਹੈ ਡਿਪਾਰਟਮੈਂਟ ਨੇ, ਜਿਹਨੂੰ ਅਸੀਂ ਬਾਉਂਡਰੀ ਵਾਲ ਕਹਿ ਸਕਦੇ ਹਾਂ, ਉਹਦੇ ਨਾਲ ਬਣੀ ਹੋਈ। ਸਾਡਾ ਅਗਲਾ ਪੜਾਅ ਭਾਰਤ ਪਾਕਿਸਤਾਨ ਸਰਹੱਦ ਉੱਤੇ ਪੈਂਦਾ ਪੁਲ ਮੋਰਾ ਹੈ, ਜਿਸ ਨੂੰ ਪੁਲ ਕੰਜਰੀ ਵੀ ਕਿਹਾ ਜਾਂਦਾ ਹੈ। ਇਤਿਹਾਸਕਾਰ ਦੱਸਦੇ ਹਨ ਕਿ ਇਹ ਥਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਨਰਤਕੀ ਮੋਰਾਂ ਦੀ ਪ੍ਰੇਮ ਕਹਾਣੀ ਦੀ ਗਵਾਹ ਹੈ। ਪੁਲ ਕੰਜਰੀ ਦਾ ਇਤਿਹਾਸ ਸਮਝਣ ਤੋਂ ਪਹਿਲਾਂ ਸਾਨੂੰ ਮੋਰਾਂ ਬਾਰੇ ਸਮਝਣਾ ਪਏਗਾ। ਮੋਰਾਂ ਮਹਾਰਾਜੇ ਨੂੰ 10-12 ਸਾਲ ਦੀ ਉਮਰ 'ਚ ਮਿਲੀ। ਮੋਰਾਂ ਤਵਾਇਫ ਸੀਗੀ। ਮਹਾਰਾਜੇ ਨੇ ਪਹਿਲੀ ਵਾਰੀ 1802 'ਚ ਉਹਨੂੰ ਵੇਖਿਆ। ਉਸ ਵੇਲੇ ਮਹਾਰਾਜਾ ਵੀ ਬੜਾ ਯੰਗ ਸੀ, 21 ਸਾਲ ਦਾ ਸੀ ਮਹਾਰਾਜਾ ਰਣਜੀਤ ਸਿੰਘ। ਔਰ ਮੋਰਾਂ ਉਹਦੀ ਫੇਵਰੇਟ ਕੋਟੀਜ਼ਨ ਰਹੀ ਸਾਰੀ ਉਮਰ, ਥਰੂ ਆਊਟ ਲਾਈਫ। ਪੁਲ ਕੰਜਰੀ ਅੰਮ੍ਰਿਤਸਰ ਅਤੇ ਲਾਹੌਰ ਦੋਵਾਂ ਤੋਂ ਲਗਭਗ 35 ਕਿਲੋਮੀਟਰ ਦੀ ਦੂਰੀ 'ਤੇ ਹੈ। ਕਹਿੰਦੇ ਨੇ ਕਿ ਉਹ ਰਾਵੀ ਦਰਿਆ ਪਾਰ ਕਰਕੇ ਮਹਾਰਾਜੇ ਨੂੰ ਜਦੋਂ ਮਿਲਣ ਜਾਂਦੇ ਸੀ ਤਾਂ ਦਰਿਆ ਦੇ ਵਿੱਚ ਉਹਦੀ ਇੱਕ ਦਿਨ ਜੁੱਤੀ ਡਿੱਗ ਪਈ। ਔਰ ਉਹ ਇੱਕ ਜੁੱਤੀ ਦੇ ਨਾਲ ਜਦੋਂ ਮਹਾਰਾਜੇ ਕੋਲ ਪਹੁੰਚੀ ਤਾਂ ਮਹਾਰਾਜੇ ਨੇ ਕਿਹਾ ਵੀ ਦੂਸਰੀ ਜੁੱਤੀ ਕਿੱਥੇ ਹੈ? ਉਹ ਕਹਿੰਦੀ ਦਰਿਆ 'ਚ ਰੁੜ ਗਈ। ਫਿਰ ਮਹਾਰਾਜੇ ਨੇ ਉਹ ਪੁਲ ਦਾ ਜਿਹੜਾ ਨਿਰਮਾਣ ਕੀਤਾ ਤਾਂ ਕਿ ਮੋਰਾਂ ਉਹ ਪੁਲ ਨੂੰ ਪਾਰ ਕਰਕੇ ਮਹਾਰਾਜੇ ਨੂੰ ਮਿਲਿਆ ਕਰੇ। ਇੱਥੇ ਲਿਖੇ ਇਤਿਹਾਸ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਆਪਣੀ ਸ਼ਾਹੀ ਸੈਨਾ ਅਤੇ ਨੌਕਰ ਚਾਕਰਾਂ ਦੇ ਨਾਲ ਇੱਥੇ ਆ ਕੇ ਆਰਾਮ ਕਰਿਆ ਕਰਦੇ ਸਨ। ਸਾਡੀ ਯਾਤਰਾ ਦਾ ਤੀਸਰਾ ਪੜਾਅ ਸਰਾਏ ਅਮਾਨਤ ਖਾਂ ਹੈ। ਸਰਾਏ ਅਮਾਨਤ ਖਾਂ ਭਾਰਤ ਪਾਕਿਸਤਾਨ ਬਾਰਡਰ ਦੇ ਕਾਫ਼ੀ ਨਜ਼ਦੀਕ ਹੈ ਅਤੇ ਅਟਾਰੀ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਇਹ ਅਮਾਨਤ ਖਾਨ ਸ਼ਿਰਾਜ਼ੀ ਨੇ ਇੱਥੇ ਇੱਕ ਸਰਾਂ ਬਣਵਾਈ ਸੀ, ਬਹੁਤ ਵੱਡੀ ਸਰਾਂ ਹੈ ਇਹ। ਕੋਈ ਲੱਗਦਾ ਹੈ ਕਿ 1633 ਔਰ 1644 ਦੇ ਵਿਚਕਾਰ ਇੱਥੇ ਇੱਕ ਸਰਾਂ ਬਣੀ ਸੀ। 1644 ਦੇ ਵਿੱਚ ਸ਼ਿਰਾਜ਼ੀ ਦੀ ਡੈਥ ਹੋ ਜਾਂਦੀ ਹੈ ਅਤੇ ਇਸ 'ਤੇ ਇਸ ਕਰਕੇ ਕਿਹਾ ਜਾ ਸਕਦਾ ਕਿ ਉਸ ਤੋਂ ਪਹਿਲਾਂ ਹੀ ਇਹ ਸਰਾਂ ਬਣ ਚੁੱਕੀ ਸੀ। ਸਰਾਏ ਅਮਾਨਤ ਖਾਂ ਦੇ ਦੋਵੇਂ ਪਾਸੇ ਵੱਡੇ ਦਰਵਾਜ਼ੇ ਬਣਾਏ ਗਏ ਸਨ, ਜਿਨ੍ਹਾਂ ਦੀ ਸਟਰਕਚਰ ਹਜੇ ਤੱਕ ਮੌਜੂਦ ਹੈ। ਇਹਦੇ ਦੋ ਦਰਵਾਜ਼ੇ ਨੇ,
ਇੱਕ ਦਰਵਾਜ਼ਾ ਜਿਹੜਾ ਲਾਹੌਰ ਵੱਲ ਹੈ ਉਹਨੂੰ ਲਾਹੌਰੀ ਦਰਵਾਜ਼ਾ ਕਿਹਾ ਜਾਂਦਾ, ਜਿਹੜਾ ਦਿੱਲੀ ਵੱਲ ਹੈ ਉਹਨੂੰ ਦਿੱਲੀ ਦਰਵਾਜ਼ਾ ਕਿਹਾ ਜਾਂਦਾ। ਔਰ ਇਹਦਾ ਜਿਹੜਾ ਸਟਾਈਲ ਹੈ ਉਹ ਇੰਡੋ ਇਸਲਾਮਿਕ ਆਰਕੀਟੈਕਚਰ ਨੂੰ ਰਿਪ੍ਰਜੈਂਟ ਕਰਦਾ। ਹੁਣ ਇਹ ਜਿਹੜਾ ਅਮਾਨਤ ਖਾਨ ਹੈ, ਅਮਾਨਤ ਖਾਨ ਇੱਕ ਬਹੁਤ ਵੱਡਾ ਕੈਲੀਗ੍ਰਾਫਿਸਟ ਸੀ। ਕੈਲੀਗ੍ਰਾਫਿਸਟ ਉਹ ਸੀ ਜਿਹੜੇ ਕਿ ਕੁਰਾਨਿਕ ਵਰਸਿਸ ਜਿਹੜੀਆਂ ਨੇ ਉਹਨਾਂ ਨੂੰ ਬੜੇ ਡੈਕੋਰੇਟਿਵ ਸਟਾਈਲ ਨਾਲ ਲਿਖਦੇ ਨੇ। ਔਰ ਇਹਨੇ ਤਾਜ ਮਹਿਲ ਦੀ ਕੈਲੀਗ੍ਰਾਫੀ ਵੀ ਐਸੇ ਅਮਾਨਤ ਖਾਨ ਨੇ ਹੀ ਕਰਵਾਈ ਸੀ। ਅੱਜ ਵੀ ਇਹਨਾਂ ਦੋ ਦਰਵਾਜ਼ਿਆਂ ਦੇ ਅੰਦਰ ਸਥਾਨਕ ਲੋਕ ਨਿਵਾਸ ਕਰਦੇ ਹਨ।